ਰੂਪਨਗਰ ਜ਼ਿਲ੍ਹੇ ਦੇ ਪਿੰਡ ਡੇਕਵਾਲਾ ਦੇ ਸਾਬਕਾ ਫੌਜੀ ਲਾਂਸ ਨਾਇਕ ਚਰਨ ਸਿੰਘ ਦਾ 100ਵਾਂ ਜਨਮ ਦਿਨ ਭਾਰਤੀ ਫੌਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਕੇਕ ਕੱਟ ਕੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਲਾਂਸ ਨਾਇਕ ਚਰਨ ਸਿੰਘ ਦੇ 100ਵੇਂ ਜਨਮ ਦਿਨ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਉਹਨਾਂ ਦੇ ਗ੍ਰਹਿ ਵਿਖੇ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ। ਜਨਮ ਦਿਨ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਸਮਾਗਮ ਵਿੱਚ ASC ਯੂਨਿਟ ਦੇ ਬ੍ਰਿਗੇਡੀਅਰ JS ਬਿਸ਼ਟ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ, ਜਿਨ੍ਹਾਂ ਵੱਲੋਂ ਇਸ ਸਮਾਗਮ ਵਿੱਚ ਪੁੱਜ ਕੇ ਲਾਂਸ ਨਾਇਕ ਚਰਨ ਸਿੰਘ ਨੂੰ ਉਹਨਾਂ ਦੇ 100ਵੇਂ ਜਨਮ ਦਿਨ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਪੂਰੇ ਦੇਸ਼ ਅਤੇ ਭਾਰਤੀ ਫੌਜ ਨੂੰ ਲਾਂਸ ਨਾਇਕ ਚਰਨ ਸਿੰਘ ਉੱਤੇ ਮਾਣ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 16.5 ਸਾਲ ਦੇਸ਼ ਸੇਵਾ ਨੂੰ ਅਰਪਿਤ ਕੀਤੇ ਹਨ ਅਤੇ ਤਨ ਮਨ ਨਾਲ ਦੇਸ਼ ਦੀ ਸੇਵਾ ਕੀਤੀ। ਇਸ ਮੌਕੇ ਬ੍ਰਿਗੇਡੀਅਰ JS ਬਿਸ਼ਟ ਵੱਲੋਂ ਲਾਂਸ ਨਾਇਕ ਚਰਨ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੇ 100ਵੇਂ ਜਨਮ ਦਿਨ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਵੀ ਉਹਨਾਂ ਨੂੰ ਕੇਕ ਖਵਾ ਕੇ ਖੁਸ਼ੀ ਮਨਾਈ ਗਈ ਅਤੇ ਉਹਨਾਂ ਨੂੰ ਵਧਾਈ ਦਿੱਤੀ ਗਈ। 26/8/42 ਨੂੰ ਭਰਤੀ ਹੋਇਆ ਅਤੇ ਅਸੀਂ ਭਰਤੀ ਹੋਇਆ ਜਲੰਧਰ। ਜਲੰਧਰ ਜਾ ਕੇ ਕਈ ਮੇਰੇ ਨਾਲ ਕਈ ਮੇਰੇ ਜਿਹੜੇ ਪੜ੍ਹਦੇ ਤੇ ਅਸੀਂ 10ਵੇਂ ਸਾਰੇ ਪੜ੍ਹਦੇ ਤੇ ਉਸ ਵਕਤ ਅਸੀਂ 6-7 ਜਣੇ ਤੇ ਇਕੱਠੇ ਚਲੇ ਗਏ। ਅਸੀਂ ਉੱਥੇ ਜਾ ਕੇ ਭਰਤੀ ਹੋ ਗਏ। ਉਹਨਾਂ ਦਾ ਸਾਨੂੰ ਦਿੱਤਾ ਉਹ ਅਖਬਾਰ ਪੜ੍ਹਨ ਨੂੰ ਵੀ ਆ ਪੜ੍ਹੋ, ਅਸੀਂ ਪੜ੍ਹਤਾ ਕਿ 10ਵੇਂ ਸਹੀ ਪੜ੍ਹਦੇ ਤੇ ਅਤੇ ਫਿਰ ਉਹਨਾਂ ਨੇ ਸਾਨੂੰ ਭਰਤੀ ਕਰ ਲਿਆ। ਮੈਂ ਪੁੱਛਿਆ ਵੀ ਸਾਡੀ ਤਨਖਾਹ ਕਿੰਨੀ ਹੈ, ਉਸ ਵਕਤ 16 ਰੁਪਈਆ ਤਨਖਾਹ ਹੁੰਦੀ ਮਿਲਦੀ ਸੀ। ਮੈਂ ਕਹਿੰਦਾ ਥੋੜ੍ਹੀ 65 ਰੁਪਈਆ ਤਨਖਾਹ ਹੈ। ਮੈਂ ਕਿਹਾ ਮੈਂ ਤਾਂ ਪੈਸੇ ਨਹੀਂ ਦੇ ਕੇ ਹਾਲ ਤੀ, ਤੁਸੀਂ ਪਹਿਲੇ 65 ਰੁਪਈਆ ਕਹਿੰਦਾ ਹੈ ਅਤੇ ਫਿਰ ਸੱਚੇ 65 ਤਨਖਾਹ ਤੀ। ਫਿਰ ਸਾਨੂੰ ਉੱਥੇ ਤਾਂ ਡੀਪੋ ਦਾ ਸਾਡਾ ਫਿਰੋਜ਼ਪੁਰ ਸਪਲਾਈ ਵਾਲਿਆਂ ਦਾ, ਫਿਰ ਸਪਲਾਈ ਤਾਂ ਅਸੀਂ ਫਿਰੋਜ਼ਪੁਰ ਆ ਗਏ। ਫਿਰੋਜ਼ਪੁਰ ਆ ਕੇ ਉੱਥੇ ਟ੍ਰੇਨ ਕਰੀ 10 ਹਫ਼ਤੇ। 10 ਹਫ਼ਤੇ ਬਾਅਦ 10 ਹਫ਼ਤੇ ਪੜ੍ਹਾਈ ਦੀ, ਇੰਡੀਆ ਟਪੈਰਾ ਕੈਸੇ ਭਰਨਾ ਹੈ, ਕਿਆ ਕਰਨਾ ਹੈ, ਸਫ਼ਰ ਸਪਲਾਈ ਕਿਸ ਤਰ੍ਹਾਂ ਦੇ ਰਹੀ ਹੈ। 2 ਹਫ਼ਤੇ ਸਾਨੂੰ ਰਾਈਫਲ ਟ੍ਰੈਨਿੰਗ, ਉਹਤੇ ਬਾਅਦ ਫਿਰ ਛੁੱਟੀ ਦਿੱਤੀ 15 ਦਿਨ ਦੀ। ਫਿਰ ਉਹਤੇ ਬਾਅਦ ਜਦ ਜੁਆਇਨ ਕਰਿਆ ਉੱਥੇ, ਉਹਨੂੰ ਫਿਰ ਅੰਬਾਲੇ ਭੇਜਤਾ ਮੈਨੂੰ ਹੋਰ ਕਈਆਂ ਨੂੰ। ਅੰਬਾਲੇ ਅਸੀਂ ਤਕਰੀਬਨ 1.5 ਸਾਲ ਰਹੇ। ਫਿਰ ਉੱਥੇ ਤਾਂ ਡਿਮਾਂਡ ਆ ਗਈ ਬਰਮਾ ਦੀ, ਫਿਰ ਅਸੀਂ ਬਰਮਾ ਚਲੇ ਗਏ। ਬਰਮਾ ਦਾ ਕਿ ਫਿਰ ਅਸੀਂ ਉੱਥੇ ਅੱਜ ਕੱਲ੍ਹ ਜਿਹੜਾ ਕਿਆ ਬਣਿਆ ਜਿਹੜਾ ਪਾਕਿਸਤਾਨ ਦਾ ਬਣਾ, ਹਾਂਜੀ ਬੰਗਲਾਦੇਸ਼, ਹਾਂ ਬੰਗਲਾਦੇਸ਼ ਚਲੇ ਗਏ। ਬੰਗਲਾਦੇਸ਼ ਤੇ ਫਿਰ ਉੱਥੇ ਤਾਂ ਚਟਾਂਗ ਹੈਗਾ ਬੰਦਰਗਾਹ ਇੱਕ, ਉੱਥੇ ਤਾਂ ਫਿਰ ਸਾਨੂੰ ਸਿੱਧਾ ਜਹਾਜ਼ ਜਿਹੜਾ ਪਾਣੀ ਦੇ ਜਹਾਜ਼ ਹੁੰਦਾ ਸੀ ਜਾਂ ਉਹ ਭੇਜ ਉਹ ਬਿਠਾ ਕੇ ਸਿੰਘਾਪੁਰ ਪਾਸਾ 45 'ਚ ਫਿਰ ਸਿਮਰ ਲੜਾਈ ਹੋ ਗਈ ਨਾ ਖਤਮ। ਮੈਂ ਫਿਰ ਸਿੰਘਾਪੁਰ ਚਲਾ ਗਿਆ। ਸਿੰਘਾਪੁਰ ਉੱਥੇ ਨਾਲੇ ਸਮੁੰਦਰ ਦੇ ਨਾਲ ਪਰਲੇ ਪਾਸਾ ਮਲਾਇਆ ਹੈ, ਮਲਾਇਸ਼ ਕਹਿੰਦੇ ਉਹਨੂੰ, ਉੱਥੇ ਪਿੰਡ ਚਲਾ ਗਿਆ ਸੀ। ਉੱਥੇ ਸਾਨੂੰ ਇੱਕ ਰਾਜਾ ਦਾ ਮਹਿਲ ਤਾਂ ਉੱਥੇ ਤਾਰਿਆ, ਉੱਥੇ ਸਾਨੂੰ 2 ਕੁ ਦਿਨ ਰਿਹਾ ਸੀ। ਫਿਰ ਮੁੜ ਕੇ ਆ ਗਿਆ ਉੱਥੇ ਸਿੰਘਾਪੁਰ 'ਚ ਇੱਕ ਉਹਦੇ ਕਰਨਾਰੇ ਸਮੁੰਦਰ ਦੇ ਇੱਕ ਕਰਾਂਜੀ ਸ਼ਹਿਰ,
ਉੱਥੇ ਸਾਡਾ ਸਪਲਾਈ ਡਿਪੋ ਬਣ ਗਿਆ, ਉੱਥੇ ਅਸੀਂ ਰਹਿ ਗਏ। ਫਿਰ ਉੱਥੋਂ ਤੋਂ ਮੈਂ ਇੱਥੇ ਵਿਆਹ ਹੋ ਕੇ ਵਿਆਹ ਨੂੰ ਆ ਗਿਆ, ਦੋ ਮਹੀਨੇ ਛੁੱਟੀ। ਜਦ ਫਿਰ ਗਿਆ ਤਾਂ ਉੱਥੇ ਜਾ ਕੇ ਫਿਰ ਇਹਨਾਂ ਨੂੰ 47 ਹੋ ਗਿਆ, 46 'ਚ ਮੇਰਾ ਵਿਆਹ ਹੋਇਆ ਵਾ। 47 'ਚ ਸਾਡੀ ਯੂਨਿਟ ਬਾਕੀ ਸੀ, ਸਭ ਫਿਰੋਜ਼ਪੁਰ ਆ ਗਈ। ਅਸੀਂ ਦੋ ਜਣੇ ਸਾਨੂੰ ਰੱਖ ਲਿਆ ਉੱਥੇ। ਫਿਰ ਸਾਨੂੰ ਸਿੰਘਾਂ ਪਰ ਭੇਜਤਾ, ਸਿੰਘ ਸਫਾਈ ਡੀ ਪੀ ਪਰ। ਅਸੀਂ ਸਿੰਘ ਭਰਾ ਜਦ ਐਂ ਹੋ ਗਿਆ ਤਾਂ ਪਾਕਿਸਤਾਨ ਬਣਨਾ ਹੈ, ਨਹੀਂ ਤਾਂ ਸਾਡੇ ਨਾ ਇੱਕ ਲਾਂਗਰੀ ਹਿੰਦੂ ਹੁੰਦਾ ਤਾ, ਇੱਕ ਵਾਟਰ ਕੈਰੀਅਰ ਦਾ ਮੁਸਲਮਾਨ ਹੁੰਦਾ। ਤਾਂ ਕਿ ਸਾਡੀ 30 ਕੁ ਬੰਦਿਆਂ ਦੀ ਯੂਨਿਟ ਹੁੰਦੀ ਸੀ। ਫਿਰ ਉੱਥੇ ਤਾਂ ਅਸੀਂ ਕਿਹਾ ਵੀ ਅਸੀਂ ਕਿਹਾ ਅਸੀਂ ਦੋਵਾਂ ਨੇ ਸ਼ਹਿਰ ਚਲੇ ਜਾਣਾ, ਉੱਥੇ ਰੋਟੀ ਰੋਟੀ ਖਾਣੀ। ਫਿਰ ਸਾਡੇ ਅਫਸਰ ਕਹਿੰਦੇ ਤੁਸੀਂ ਉਰੇ ਨਹੀਂ ਆਉਂਦੇ। ਮੈਂ ਕਿਹਾ ਅਸੀਂ ਉਰੇ ਰੋਟੀ ਨਹੀਂ ਖਾਣੀ, ਅਤੇ ਜਦ ਪਾਕਿਸਤਾਨ ਦਾ ਹੋ ਗਿਆ ਤਾਂ ਪਾਕਿਸਤਾਨ ਬਣ ਜਾਣਾ। ਕਹਿੰਦਾ ਫਿਰ ਹੁਣ ਤੁਸੀਂ ਇੰਡੀਆ ਜਾਣਾ? ਅਸੀਂ ਹਾਂ ਜਾਣਾ। ਪਰ ਸਾਨੂੰ ਉਹਨਾਂ ਨੇ ਇੰਡੀਆ ਭੇਜ ਦਿੱਤਾ, ਫਿਰੋਜ਼ਪੁਰ ਤਾਂ ਸਾਡੀ ਫਿਰੋਜ਼ਪੁਰ ਭੇਜ ਦਿੱਤਾ। ਫਿਰੋਜ਼ਪੁਰ 'ਤੇ ਅਸੀਂ ਛੁੱਟੀ ਆ ਗਏ, ਦੋ ਦੋ ਮਹੀਨੇ ਛੁੱਟੀ ਦਿੱਤੀ। ਫਿਰ ਜਦ ਕੱਟ ਕੇ ਗਏ ਫਿਰ ਫਿਰੋਜ਼ਪੁਰ ਆ ਗਏ। ਫਿਰ ਫਿਰੋਜ਼ਪੁਰ ਵਾਲਿਆਂ ਨੇ ਸਾਨੂੰ ਲਾਹੌਰ ਭੇਜ ਦਿੱਤਾ। ਲਾਹੌਰ ਅਸੀਂ ਰਹੇ ਕੋਈ ਅੱਠ ਮਿੰਟ ਤੱਕ ਹੋ ਗਿਆ ਤਾਂ ਅਚਾਨ 10 ਮਿੰਟ ਤੱਕ ਅਸੀਂ ਉੱਥੇ ਰਹੇ। ਫਿਰ ਅਸੀਂ ਇੱਥੇ ਫਿਰ ਲਾਹੌਰ ਵਾਲੇ ਕਹਿੰਦੇ ਹੁਣ ਤੁਸੀਂ ਐਂ ਕਰੋ ਵੀ ਹੁਣ ਤੁਸੀਂ ਤੁਹਾਨੂੰ ਜਿਹਨੇ ਛੁੱਟੀ ਨਹੀਂ ਕੱਟੀ ਛੁੱਟੀ ਜਾਓ ਦੋ ਮਹੀਨੇ ਦੀ, ਫਿਰ ਜਾ ਕੇ ਰਿਪੋਰਟ ਅੰਬਾਲਾ ਕਰਿਓ। ਅਸੀਂ ਆ ਗਏ, ਅੰਬਾਲੇ ਆ ਗਏ। ਮੈਂ ਦੋ ਮਹੀਨੇ ਛੁੱਟੀ ਸੀ, ਮੈਂ 2.5 ਕੁ ਮਹੀਨੇ ਬਾਅਦ ਗਿਆ ਅੰਬਾਲੇ। ਉੱਥੇ ਇੱਕ ਮੈਨੂੰ ਬੰਦਾ ਮਿਲ ਗਿਆ ਆਪਣਾ ਪੁਰਾਣਾ, ਉਹ ਕਹਿੰਦਾ ਕਿਸ ਤਰ੍ਹਾਂ? ਮੈਂ ਐਂ ਕਰਕੇ ਲਾਹੌਰ 'ਤੇ ਕਹਿੰਦਾ ਚੁੱਪ ਕਰਕੇ ਘਰ ਨੂੰ ਮੁੜ ਜਾ, ਜਦ ਮਰਜ਼ੀ ਆ ਜਾਈ, ਸਿਰਫ ਐਂ ਕਹਿ ਦੀ ਵੀ ਮਸੀਂ ਤਾਂ ਦੌੜ ਕੇ ਆਇਆ ਲਾਹੌਰ 'ਤੇ। ਅਤੇ ਮੈਂ ਫਿਰ ਮੁੜ ਆਇਆ, ਫਿਰ ਉੱਥੇ ਗਏ। ਫਿਰ ਉਹਨਾਂ ਨੇ ਯੂਨਿਟਾਂ ਖੜ੍ਹੀਆਂ ਕਰਦੇ ਤੇ ਫਿਰ ਮੈਨੂੰ ਉੱਥੇ ਕਹਿੰਦੇ ਵੀ ਤੁਹਾਡੀ ਆਹ ਯੂਨਿਟ ਹੈ। ਅਸੀਂ ਆ ਗਏ ਉੱਥੇ, ਇੱਕ ਮੈਂ ਪਹਿਲਾਂ ਖਾੜ ਪੜ੍ਹਿਆ ਖਾਲਸਾ ਸਕੂਲ 'ਚ, ਉੱਥੇ ਇੱਕ ਬਟਾਲੀ ਦਾ ਮੁੰਡਾ ਤਾ, ਬਟਾਲੀ ਦਾ ਉਹ ਮੇਰੇ ਨਾਲ ਪੜ੍ਹਦਾ ਤਾ ਉੱਥੇ, ਉਹ ਕਲਰਕ ਤਾ। ਉਹ ਕਹਿੰਦਾ ਕਰਨ ਸਿੰਘ ਐਂ ਕਰਨੀ ਵੀ ਇਹਨਾਂ ਨੂੰ ਪੁੱਛਣਾ ਵੀ ਜਿਹੜੀ ਛੁੱਟੀ ਲੈਣੀ ਨਹੀਂ ਕੱਟੀ ਹੈ ਸਾਲ ਦੀ, ਮਹੀਨੇ ਮਹੀਨੇ ਛੁੱਟੀ ਭੇਜਦੇ ਹਨ, ਤੂੰ ਕਹਿੰਦੀ ਵੀ ਮੈਂ ਨਹੀਂ ਕੱਟੀ। ਉੱਥੇ ਕਿਹੜਾ ਰਿਟਰਨ ਤਾਂ ਕੋਈ ਪ੍ਰੂਫ ਤਾਂ ਹੈ ਨਹੀਂ ਤਾ। ਮੈਂ ਕਹਿੰਦਾ ਵੀ ਮੈਂ ਉਹਦਾ ਛੁੱਟੀ ਕੱਟਣੀ ਆ, ਉਹਨਾਂ ਮਹੀਨੇ ਸਾਫ ਮਹੀਨਾ 'ਚ ਛੁੱਟੀ ਭੇਜਤੀ। ਪਰ ਜੇ ਮੈਂ ਉਰੇ ਆਇਆ ਮੈਨੂੰ ਚਿੱਠੀ ਕਰੀ ਗਈ ਵੀ ਤੁਹਾਡੀ ਨਾ ਅੰਮ੍ਰਿਤਸਰ ਚਲੇ ਗਈ ਜੂਨ, ਉੱਥੇ ਰਿਪੋਰਟ ਕਰਿਓ। ਅਸੀਂ ਮੈਂ ਅੰਮ੍ਰਿਤਸਰ ਗਿਆ, ਉੱਥੇ ਤਾਂ ਕਹਿੰਦੇ ਤੁਹਾਡੀ ਤਾਂ ਗੁਰਦਾਸਪੁਰ ਚਲੇ ਗਈ। ਮੁੜਾਇਆ ਗੁਰਦਾਸਪੁਰ, ਫਿਰ ਸਾਲ ਦੋ ਸਾਲ ਉੱਥੇ ਰਹੇ। ਉਹਦੇ ਬਾਅਦ ਫਿਰ ਅਸੀਂ ਫਿਰ ਜਲੰਧਰ ਆ ਗਏ। ਜਲੰਧਰ ਤੋਂ ਫਿਰ ਜਲੰਧਰ ਫਿਰੋਜ਼ਪੁਰ ਆ ਗਏ। ਫਿਰੋਜ਼ਪੁਰ ਤਾਂ ਮੈਨੂੰ ਉੱਥੇ ਛੱਡਤਾ ਉਹਨਾਂ ਨੇ, ਆਪ ਯੂਨਿਟ ਸਾਰੀ ਆ ਗਈ ਜੋਲ ਕੈਂਪ ਧਰਮਸ਼ਾਲਾ ਕੋਲ, ਜੋਲ ਕੈਂਪ ਉੱਥੇ ਆ ਗਈ। ਫਿਰ ਅਸੀਂ ਮੈਂ ਵੀ ਫਿਰ ਬਾਅਦ 'ਚ ਬੁਲਾ ਲਿਆ ਉਹਨਾਂ ਨੂੰ, ਉੱਥੇ ਚਲੇ ਗਏ।
ਉੱਥੇ ਤਾਂ ਫਿਰ ਬਸ ਉੱਥੇ ਛੁੱਟੀ, ਉੱਥੇ ਤਾਂ ਫਿਰ ਅਸੀਂ ਹੋਰ ਤੋਂ ਕਿਤੇ ਬਦਲ ਤੀ ਜਲੰਧਰ ਵਰਤਾ। ਜਲੰਧਰ ਤੋਂ ਬਾਅਦ ਇੰਨੇ ਨੂੰ ਮੇਰੀ ਮੈਂ ਨਾਇਕ ਬਣ ਗਿਆ ਤਾ। ਫਿਰ ਉਹਨਾਂ ਨੇ ਜਵਾਹਰ ਲਾਲ ਨਹਿਰੂ ਨੇ ਕਹਿੰਦਾ ਵੀ ਅਸੀਂ ਆਰਮੀ ਰੱਖਣੀ ਉਹ ਨਹੀਂ, ਕਿਆ ਕਰਨਾ ਅਸੀਂ ਲੜਨਾ ਹੀ ਨਹੀਂ। ਫਿਰ ਉਹਨਾਂ ਨੇ ਰਿਪੋਰਟ ਕਰਤੇ ਬਹੁਤ, ਵੀ ਅਸੀਂ ਉਹਦੇ ਜਿਹੜੇ ਉਹ ਜਹਾਂ ਸੂਬੇਦਾਰ ਜੇਸੂ ਜਹਾਂਦਾਰ ਬਣਾ ਅਤੇ ਜਿਹੜਾ ਨਾਇਕ ਤਾਂ ਸਾਰੇ ਨਹੀਂ ਹੈ ਜਿਹੜਾ ਜੂਨੀਅਰ ਤੇ ਉਹ ਲੈਫਟਨੈਂਟ ਬਣਾ ਤੇ। ਫਿਰ ਬੰਗਲਾ ਨੇ ਸੱਦ ਲਿਆ ਸਾਨੂੰ ਉਹਦੇ ਖਾਤਰ, ਰਿਟਾਇਰਮੈਂਟ ਖਾਤਰ, ਕਿਉਂਕਿ ਸਾਡੀ ਤਾਂ ਫਿਰ 16 ਸਾਲ ਦੀ ਨੌਕਰੀ ਹੁੰਦੀ ਸੀ, ਜੇ ਨਾਇਕ ਹੁੰਦੀ ਤਾਂ 18 ਹੋ ਜਾਂਦੀ ਸੀ। ਅਤੇ ਉੱਥੇ ਗਏ ਅਸੀਂ, ਉਹ ਕਹਿੰਦੇ ਵੀ ਤੁਸੀਂ ਨਹੀਂ ਜਾ ਸਕਦੇ, ਤੁਸੀਂ ਰਿਟਾਇਰਡ ਨਾਇਕ ਹੈ, ਤੁਸੀਂ ਨਹੀਂ ਜਾ ਸਕਦੇ। ਪਰ ਮੈਂ ਕਿਹਾ ਅਸੀਂ ਤਾਂ ਜਾਣਾ ਹੀ ਜਾਣਾ। ਉਸ ਵਕਤ ਸਾਡੀ ਨਾਇਕ ਤੋਂ ਉੱਪਰ ਪ੍ਰਮੋਸ਼ਨ ਨੀਤੀ ਹੁੰਦੀ, ਮੈਂ ਕਿਹਾ ਇਹ ਤਾਂ ਬਾਅਦ ਤਾਂ ਅਸੀਂ ਬਣਨੇ ਨਹੀਂ ਕਹਾਂ। ਫਿਰ ਅਸੀਂ ਆ ਗਏ ਉੱਥੇ ਤਾਂ ਰਿਟਾਇਰ ਹੋ ਕੇ ਆ ਗਏ 59 'ਚ, ਮਈ 59 'ਚ ਮੈਂ ਉਰੇ ਆ ਗਿਆ। ਫਿਰ ਮੈਂ 10 ਸਾਲ ਘਰ ਆ ਰਿਹਾ, ਖੇਤੀ ਖੁਤੀ ਕਰੀ ਬਾਪੂ ਜੀ ਨਾਲ। ਫਿਰ ਆਪਣਾ ਜ਼ਿਲ੍ਹਾ ਬਣ ਗਿਆ ਰੋਪੜ। ਫਿਰ ਮੈਂ ਇੱਕ ਦਿਨ ਐਕਸਚੇਂਜ 'ਚ ਗਿਆ, ਆਪਣਾ ਸਰਟੀਫਿਕੇਟ ਲੈ ਗਿਆ, ਮੈਂ ਉਹ ਦਿਖਾਇਆ। ਉਹ ਕਹਿੰਦਾ ਤੂੰ ਤਾਂ ਸਟੋਰ ਕੀਪਰ ਹੈ। ਮੈਂ ਕਿਹਾ ਹਾਂ। ਕਹਿੰਦੇ ਇੱਕ ਸਟੋਰ ਕਾਪ ਸਿਵਲ ਸਰਵਿਸ ਦਾ ਦਫ਼ਤਰ ਖਾਲੀ ਹੈ ਜਗ੍ਹਾ, ਉੱਥੇ ਭੇਜੂ ਮੈਂ ਤੈਨੂੰ। ਵੈਸੇ ਡੀ ਸੀ ਦਫ਼ਤਰ ਵੀ ਕਲਰਕ ਰੱਖਦੇ ਤੇ। ਕਹਿੰਦਾ ਕਲਰਕ ਜਦ ਤੱਕ ਇੱਕੋ ਰੱਖਣਾ ਤੂੰ ਆਪੇ ਰੱਖਣਾ ਤੈਨੂੰ ਨਾ। ਫਿਰ ਮੇਰਾ ਐੱਮ ਐੱਲ ਏ ਵਕਤ ਆ ਖਾਸ, ਐੱਮ ਐੱਲ ਏ ਨੇ ਕਹਿੰਦਾ ਵੀ ਐਂ ਕਰ, ਜੇ ਤਾਂ ਜਾਣਾ ਤਾਂ ਡੀ ਸੀ ਦਫ਼ਤਰ ਤਾਂ ਫਲਾਣੇ ਨੂੰ ਲਿਆ ਨਾ, ਨਹੀਂ ਜੇ ਜਾਣਾ ਤਾਂ ਸਿਵਲ ਸਰਵਿਸ ਦਫ਼ਤਰ ਤਾਂ ਫਿਰ ਮੈਂ ਤੈਨੂੰ ਚਿੱਠੀ ਦੇ ਦਿੰਦਾ। ਮੈਂ ਚਿੱਠੀ ਲਿਖ ਕੇ ਦੇ ਦਿੱਤੀ ਸਿਵਲ ਸਰਵਿਸ ਨੂੰ। ਮੈਂ ਸਿਵਲ ਸਰਵਿਸ ਕੋਲ ਚਲੇ ਗਿਆ, ਸਿਵਲ ਸਰਵਿਸ ਨੂੰ ਰੱਖ ਲਿਆ। ਰੱਖ ਕੇ ਇੱਕ ਜਿਹੜਾ ਸਾਡਾ ਸੁਪਰਡੈਂਟ ਤਾ, ਉਹ ਵੀ ਪਹਿਲਾਂ ਸਪਲਾਈ ਵਿੱਚ ਤਾ ਉੱਥੇ ਫਿਰੋਜ਼ਪੁਰੇ, ਪਰ ਅਸੀਂ ਤਾਂ ਮਿਲਟਰੀ ਦਾ, ਉਹ ਸਿਵਲ ਦਾ ਤਾ। ਕਹਿੰਦਾ ਮੈਂ ਵੀ ਤਾਂ ਉੱਥੇ ਤਾਂ। ਫਿਰ ਉਹ ਸਿਵਲ ਸਰਵਿਸ ਕੋਲ ਲੈ ਗਿਆ, ਉਹਨਾਂ ਰੱਖ ਲਿਆ। ਰੱਖ ਕੇ ਮੈਂ ਕਿਹਾ ਵੀ ਆਪਦੀ ਆਪ ਚਿੱਠੀ ਦਿੱਤੀ ਹੈ ਐੱਮ ਐੱਲ ਏ ਨੇ। ਮੈਂ ਹੇਠਾਂ ਉਤਰਿਆ ਚਬਾਰੇ ਭਰਤਾ, ਮੈਂ ਹੇਠਾਂ ਉਤਰਿਆ ਹੇਠਾਂ ਉੱਤ ਕੇ ਮੈਨੂੰ ਜਦੇ ਬੁਲਾ ਲਿਆ ਉਹਨਾਂ, ਨਵੇਂ ਸਟੋਰ ਕੀਪਰ ਬੁਲਾਓ। ਮੈਂ ਫਿਰ ਗਿਆ, ਉਹ ਕਹਿੰਦਾ ਹੁਣ ਹੀ ਮੈਡੀਕਲ ਕਰਾ। ਮੈਂ ਮੈਡੀਕਲ ਵਾਲੇ ਨੂੰ ਕਿਹਾ, ਉਹ ਕਹਿੰਦਾ ਅਸੀਂ ਹੋਰ ਤਾਂ ਕਰਾਉਂਗੇ, ਅਸੀਂ ਹੋਰ ਤਾਂ ਕਰਾਉਂਗੇ। ਦੁਬਾਰਾ ਫਿਰ ਆ ਗਿਆ ਵੀ ਉਹ ਹਜੇ ਆਇਆ ਨਹੀਂ ਉਹ ਮੈਡੀਕਲ ਵਾਲਾ ਨੂੰ। ਫਿਰ ਉਹ ਸੁਪਰਡੈਂਟ ਨੇ ਕਿਹਾ ਕਿ ਲੈ ਜਾ ਇਹਨੂੰ, ਫਿਰ ਉਹ ਲੈ ਗਿਆ। ਫਿਰ ਅਸੀਂ ਮਿਲਟਰੀ ਦਾ ਫਿੱਟ ਹੁੰਦਾ ਹੈ, ਫਿੱਟ ਹੋ ਗਿਆ, ਆ ਗਿਆ ਅਸੀਂ ਹੇਠਾਂ। ਹੇਠਾਂ ਸੁਪਰਡੈਂਟ ਕਹਿੰਦਾ ਵੀ ਜੁਆਇਨਿੰਗ ਰਿਪੋਰਟ ਦੇ ਦੇ। ਮੈਂ ਜੁਆਇਨਿੰਗ ਰਿਪੋਰਟ ਦੇ ਦਿੱਤੀ ਆਫਟਰਨੂਨ ਦੀ। ਉਹ ਕਹਿੰਦਾ ਕਿਆ ਫਾਇਦਾ ਇਹਦਾ, ਅੱਜ ਤਨਖਾਹ ਨਹੀਂ ਤੈਨੂੰ ਮਿਲਣੀ, ਵੀ ਆਹ ਐਂ ਦੇਖ ਵੀ ਮੋਰਨਿੰਗ ਤੋਂ ਉੱਧਰ ਆ ਜਾਣਾ। ਉੱਧਰ ਤਾਂ ਮੇਰੀ ਤਨਖਾਹ ਪੈ ਗਈ। ਅੱਛਾ ਹੁਣ ਕਿੱਦਾਂ ਦਾ ਲੱਗ ਰਿਹਾ, ਸੋਮਵਾਰ ਜਨਮ ਦਿਨ ਤੁਹਾਡਾ ਮਨਾਇਆ, ਪਰਿਵਾਰ ਆਇਆ? ਮੈਂ ਮੇਰਾ ਤਾਂ ਪਹਿਲਾਂ ਤਾਂ ਇਹ ਜਿਹਾ ਦਿਲ ਆ ਵੀ ਠੀਕ ਹੈ, ਮੈਂ ਮੇਰਾ ਕੰਮ ਆ ਸਿਰਫ ਸਵੇਰ ਉੱਠੋ ਦੁਪਹਿਰ ਸਹੀ ਤਾਂ ਮੈਂ ਰੱਬ ਨੂੰ ਯਾਦ ਕਰਦਾ। ਫਿਰ ਸ਼ਾਮ ਨੂੰ ਆਰਾਮ ਕਰਿਆ, ਆਰਾਮ ਕਰਕੇ ਸ਼ਾਮ ਨੂੰ ਰਸ ਵਗੈਰਾ ਭਰ ਭਰ ਕੇ ਫਿਰ ਪੈ ਜਾਂਦਾ। ਅਤੇ ਦੋ ਮੁੰਡੇ ਮੇਰੇ ਉਰੇ ਰਹਿੰਦੇ, ਇੱਕ ਬੰਦਾ ਰਹਿੰਦਾ ਇੱਥੇ ਰੋਪੜ, ਇੱਕ ਰਹਿੰਦਾ ਪਟਿਆਲੇ, ਇਹ ਉੱਥੇ ਸੈੱਟ ਹੈ।
ਜਿਹੜੀ ਜਾਇਦਾਦ ਆ ਸਾਰੀ ਇਹ ਦੋਹਾਂ ਦੇ ਇਹਨਾਂ ਨਾਲ, ਇੱਕ ਦੇ ਆਹ ਮਕਾਨ ਆ, ਇੱਕ ਦਾ ਉਹਨਾਂ ਦਾ ਮਕਾਨ ਠੀਕ ਹੈ। ਪਰਸੋਂ ਆਏ ਕਹਿੰਦੇ ਜੀ ਅਸੀਂ ਸਲਾਹ ਕਰਕੇ ਆਏ ਹਾਂ, ਤੁਹਾਡੇ ਨਾਲ ਸਲਾਹ ਕਰਨੀ ਹੈ ਵੀ ਕਿਆ ਕਿਆ ਤੁਸੀਂ ਕਰਨਾ, ਅਸੀਂ ਤੁਹਾਡਾ ਬਣਾਉਣਾ। ਮੈਂ ਕਿਹਾ ਫਿਰ ਆ ਗਏ ਹੋ ਇੱਥੇ, ਦੇਖ ਦੁੱਖ ਕੇ ਜਗ੍ਹਾ ਦੇਖਿਆ ਸਾਰੀ ਵੀ ਕਿੱਥੇ ਕਿੱਥੇ, ਫਿਰ ਉਹ ਕਹਿੰਦੇ ਅਸੀਂ ਇੱਥੇ ਅਸੀਂ ਲਾਉਂਗੇ ਟੈਂਟ, ਅਤੇ ਉਹ ਪਰੋ ਬਸ ਤੁਸੀਂ ਲਾ ਲਿਓ। ਫਿਰ ਉਹਨਾਂ ਹੱਥ ਲਾ ਲਿਆ, ਮਿਲਟਰੀ ਦਾ ਹੀ ਟੈਂਟ ਹੈ, ਸਿੰਗਾਪੁਰ ਸੀ ਅਸੀਂ ਉੱਥੇ ਜਪਾਨੀ 'ਤੇ ਕੰਮ ਕਰਨਾ ਨੂੰ, ਕਿਉਂ ਜਪਾਨੀ ਹਾਰ ਗਏ ਤੇ ਨਾ, ਫਿਰ ਅਸੀਂ ਲੇਬਰ ਜਪਾਨੀਆਂ ਦੇ ਲੈਂਦੇ ਤੇ, ਔਰ ਜਪਾਨੀ ਸਾਡੇ ਨਾਲ ਫਿਰ ਰਹਿੰਦੇ ਤੇ। ਬਹੁਤ ਚਿਰ ਬਾਅਦ ਫਿਰ ਅਸੀਂ ਭਾਈ ਜੀ ਇੱਥੇ ਆ ਗਏ ਇੰਡੀਆ। आज 100 साल पूरे हुए हैं हमारे लास्ट भूतपूर्व सैनिक लास्ट नायक चरण सिंह जी को, जो कि आर्मी सर्विस कोर से सेवानिवृत्त हैं, और हम पूरी इंडियन आर्मी की तरफ से आज इनको बहुत बहुत बधाइयां देते हैं, और ईश्वर से वाहेगुरु से प्रार्थना करते हैं कि इनकी सेहत को इसी प्रकार से बरकरार रहे, और ये इनके जो परिवारजन हैं और ये जो गांव के साथी हैं, इनके गांव वाले हैं, और जो यहाँ के भूतपूर्व सैनिक हैं, उनको ये कंटिन्यू इंस्पायर करते रहे आने वाले सालों में, और एक मिसाल के तौर पे ये 100 साल जो इन्होंने आज पूरे किए हैं, एक सेंचुरी पूरा करना एक बहुत ही अहम उपलब्धि है, और हमारी तरफ से इनको बहुत बहुत शुभकामनाएँ, आर्मी सर्विस कोर की तरफ से, DGST साहब की तरफ से, और हमारे जो चीफ ऑफ द आर्मी स्टाफ और आर्मी कमांडर साहब की तरफ से इनको बहुत बहुत बधाइयाँ हो और शुभकामनाएं हमारी तरफ से। हार्टिएस्ट कॉन्ग्रेचुलेशंस चरण सिंह साहब, आपको और आपके पूरी परिवार को वेल डन एंड कीप अप द गुड हेल्थ। सर कैसी सेरेमनी रहती है? तो शुभकामनाएं लाए हैं, और जैसे ही हमको पता चला कि लास्ट नाइट चरण सिंह हमारे जो भूतपूर्व सैनिक इन्होंने 100 साल पूरे किए हैं, तो हम भारतीय सेना की तरफ से एक उनको शुभकामनाएं देने के लिए आए हैं, और एक केक, अपना केक और बुके साथ में लेके आए हैं इंडियन आर्मी की तरफ से, ताकि ये काट सकें और पूरे अपना सेलिब्रेट कर सकें, हम भी इनकी सेलिब्रेशन में इंडियन आर्मी भी शामिल हों, क्योंकि ये हमारे भूतपूर्व सैनिक हैं, एक इंडियन आर्मी का पहले बहुत अहम हिस्सा और जिम्मेदारी निभा चुके हैं, और बल्कि इंडियन आर्मी इनकी पूरे बहुत ही बहुत बहुत आभारी हैं, जो उन्होंने अपने कीमती वर्ष जवानी के जो उन्होंने इंडियन आर्मी में जो सेवा की है, उसके लिए हम बहुत बहुत आभारी हैं, और इंडियन आर्मी इनकी इनको इनके लिए इनको शुक्रिया अदा करती है, और ये हमारे लिए इंडियन आर्मी के लिए भी बहुत बड़ी उपलब्धि की बात है कि इन्होंने आज 100 साल पूरे किए हैं। और सेकंड वर्ल्ड वॉर था, सेना के जवानों पर इसका कितना अच्छा मोटिवेशन जाता है, और आम जो लोग जो सेना के साथ जुड़ना चाहते हैं उनके लिए कैसी? ये तो बहुत जैसे मैंने पहले बताया, ये तो हमारे लिए एक मिसाल हैं, और बल्कि जहाँ ये पूरे गांववासी हैं यहाँ पर, और यहाँ के जो बच्चे हैं उनके लिए एक बहुत ही बड़ी मोटिवेशन का एक प्रतीक है, यहाँ पर एक बहुत ही अच्छी प्रेरणा हमें देते हैं सभी को, कि जो हमारे जो यंग जनरेशन है वो फौज में ज्वाइन करें और अपनी भारतीय सेना में ज्वाइन करें,
और देश की सेवा करें और इन्हीं की तरह सेंचुरी पूरी करें। और इनफैक्ट ये जो सेंचुरी पूरी करना एक नॉट अ वेरी इजी टास्क, मतलब बहुत ही कम लोग होते हैं जो इस मुकाम पे पहुंचते हैं, और इसके लिए इनका मेरे ख्याल से राज है। इनकी जो सेवा में इन्होंने जो नौकरी की है और अपनी जो फिजिकल फिटनेस उन्होंने उस सेवा में आने के बाद बरकरार रखी है, और उनके जो परिवार का जो सपोर्ट उनके साथ रहा है, पूरे गांव वालों का सपोर्ट रहा है, भूतपूर्व सैनिक के जो सैनिक है इस गांव के उनका पूरा सपोर्ट रहा है और उनका प्यार रहा है, उस वजह से वो आज इस मुकाम में पहुंचे हैं। एंड आई एम श्योर जो कि आने वाले दिनों में भी ये हमको इसी तरह से प्रेरणा देते रहेंगे, और इनका आशीर्वाद सभी सभी परिवारजनों और गाँव वासियों में और सैनिक जो भूतपूर्व सैनिक हैं इस गाँव के हैं उनके ऊपर रहेगा, और आगे वाली आने वाली जनरेशन्स को ये इंस्पायर करते रहेंगे, उनके लिए एक प्रेरणा और मिसाल के तौर पे साबित होंगे। आप ठीक है, थैंक यू। और सैनिकों से भी मिले हैं जिनकी आयु इनके लगभग नज़दीक आ रही है, तो उनके लिए आप क्या कहना है? उन मैं तो ये चाहता, ये तो हम तो पूरा हमको भरोसा है कि वो भी सेंचुरी क्रॉस करेंगे, और उन जब वो 100 साल पूरे करते हैं तो हम भी यही उम्मीद करते हैं कि हम यहाँ पर आएंगे और उनको मुबारकबाद देंगे उनके 100 साल पे, और आई एम श्योर दैट विल हैपन वेरी सून। जैसे ही वो आप 100 ईयर्स क्रॉस करते हैं और 100 ईयर्स उनका जो सेंचुरी पूरा होता है, और हम यहाँ पर फिर दोबारा से आएंगे और उनका केक उनके साथ काटेंगे, उनके साथ उनका 100 ईयर्स सेलिब्रेट करेंगे। एंड आई एम श्योर जो भूतपूर्व सैनिक है वो एक उनकी जो फिजिकल फिटनेस जो लेवल है वो बहुत अच्छा है, और वो उनका जो शरीर है एकदम ठोस है, उन्होंने जो देश को सेवा की है और उनके जो वो मिसाल दे रहे हैं पूरे गांव वालों को और बाकी देशवासियों को, वो और जो उनको प्यार मिल रहा है उनका, वो उनकी जो उम्र को है वो 100 साल पूरे करने में कोई कमी नहीं रहेगी उसमें, और वो आगे और हमारे लिए प्रेरणा का स्रोत बनते रहेंगे। थैंक यू।